ਹੁਣ ਵੱਲ ਪੁੱਛ ਕੇ ਕਹਿੰਦਾ ਹੈ ਉਹ ਬੰਦਾ ਕਹਿੰਦਾ ਇੱਥੇ ਕਿ ਜਿਹੜਾ ਹਕੀਮ ਸਾਹਿਬ ਹੈ ਤੇ ਉਹ ਕੋਸ ਫੋਨ ਕੀਤੇ ਮੂੰਹ ਆ ਕੇ ਮੈਂ ਹੈਡ ਖਿਲਵਾ ਖਿਲਵਾ ਦੇ ਮੇਰੇ ਮੂੰਹ ਤੱਕ ਇਹ ਬੰਦਾ ਗੁਜ਼ਾਰੇ ਤੇ ਪਿਆ। ਅਸਲਾਮ ਅਲੈਕੁਮ ਪਿਆਰੇ ਵਿਵਰ, ਮੈਂ ਮੁਹੰਮਦ ਇਮਰਾਨ, ਤੁਸੀਂ ਦੇ ਪਵੇ ਯੂਟਿਊਬ ਚੈਨਲ ਮਲਿਕ ਇਮਰਾਨ ਅਰਾਈਂ। ਅਸਾਂ ਘਰੋਂ ਰਵਾਨਾ ਥੀਂਦੇ ਪਏ ਹਾਂ ਅਤੇ ਅਸਾਂ ਵੇਂਦੇ ਪਏ ਹਾਂ ਕੰਮ ਦੂ ਕੰਮ ਅਸਾਂ ਤਾਂ ਕੁਝ ਦਿਖਾਉਣ ਵਾਲੇ ਹਾਂ, ਬਹੁ ਦਿਲਚਸਪ ਕੰਮ ਹੈ। ਇੱਕ ਤਾਂ ਅਸਾਂ ਵੇਂਦੇ ਪਏ ਹਾਂ ਉਡੇ ਨਾਲ ਸਾਡੇ ਕਿਹੜੇ ਕਿਹੜੇ ਨੇ, ਉਹ ਹੀ ਅਸਾਂ ਤੁਹਾਨੂੰ ਕੁਝ ਦਿਖੇ ਸੂ ਤੁਹਾਡੇ ਨਾਲ ਸਾਰਾ ਮਾਹੌਲ ਸ਼ੇਅਰ ਕਰੋ, ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ। ਜੈ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਕੇ ਨਾਲ ਅਸਾਂ ਸ਼ੁਰੂ ਕਰਨੇ ਹਾਂ ਅੱਜ ਮਜ਼ੇਦਾਰ ਵੀਡੀਓ। ਅਦਨਾਨ ਕੋਲ ਦਾਨੀ ਮਲਿਕ ਕੋਲ ਦੁਕਾਨ ਤੇ ਪਹੁੰਚ ਖੜੇ ਇਹ ਬੰਦਾ ਸਰ ਲਏ ਤੇ ਅਸਾਂ ਐਵੇਂ ਸਮਝੋ ਕਿ ਬਸ ਰਵਾਨਾ ਥੀ ਨੇ ਥੋੜੀ ਦੇਰ ਤਾਈ ਸਾਡੀ ਗੱਡੀ ਰੈਡੀ ਖੜੀ ਹੈ। ਵੇਹਨੇ ਅਸਾਂ ਕਿਹੜੇ ਕੰਮ ਨੂੰ ਪਿਆ ਹੁਣ ਆ ਮੁਰਗਿਆਂ ਕੀ ਨੂੰ ਨਾਲ ਹੀ ਸਾਡਾ ਮੁਰਸ਼ਦ ਸਾਹਿਬ ਆ ਗਏ ਦਿਲ ਭਰ ਆਓ ਜੀ ਸਰ ਨਾ ਮੈਂ ਕੋਈ ਦੇਖੋ ਅਮਰੂਦ ਖਾਂਦਾ ਪਏ ਕੱਲੇ ਕੱਲੇ ਸਾਹ ਨਹੀਂ ਖਵੇਗਾ ਯਾਰ ਕੇਲੇ ਖਵੇ ਸਾ ਕੋਣ ਆਪਣਾ ਦਿਲ ਭਰੀ ਆ ਗਏ ਸਹੀ ਬੈਠੇ ਨੇੜੇ ਪੁੱਜਦੇ ਛੋਰਾਂ ਦੇ ਪਤਾ ਨੀ ਕਿਹੜਾ ਡਾਕਟਰ ਇਹ ਦੇਖੋ ਹੌਸਲਾ ਵਧੀ ਵਧੇ ਤੇ ਇਹ ਬੰਦਾ ਹੌਸਲਾ ਨਹੀਂ ਪਾ ਬਦਾਂਗਾ ਕੇ ਬੰਦੇ ਹੋ ਲੋਲੇ ਨੂੰ ਲੁੱਟਈ ਵੇਨੇ ਪਤਾ ਨਹੀਂ ਨਾ ਕੀ ਵੱਜਾ ਇਹ ਉਹ ਕੇ ਕਲਰ ਦੇ ਵੇਨੇ ਦੇਖੋ ਕਿ ਹੁਣ ਵੱਲ ਕੁਝ ਠੀਕ ਹੈ ਨਾ ਉਹ ਬੰਦਾ ਕਹਿਣਾ ਇੱਥੇ ਕਿ ਜਿਹੜਾ ਹਕੀਮ ਸਾਹਿਬ ਹੈ ਤੇ ਉਹ ਕੋਸ ਫੋਨ ਕੀਤੇ ਮੂੰਹ ਆ ਕੇ ਮੈਂ ਹੈਡ ਸਾਹਿਬ ਨੂੰ ਚਲਾ ਗਿਆ ਹੈਡ ਸਾਹਿਬ ਨੂੰ ਉੱਠ ਲਿਆ ਸੀ ਦੇ ਅਸਾਂ ਇਹ ਹੁਣ ਦੇਖੋ ਕਿ ਨਾਰੇ ਖੜਮ ਸਫ਼ਰ ਕਾਫੀ ਕਾਫੀ ਸਾਰਾ ਯਾਰ ਆਪਣੀ ਗੱਲ ਬਾਈ ਰੋਟੀ ਪਾਣੀ ਨੀ ਕਿਉਂਕਿ ਖਰਚਾ ਬੜਾ ਠੀਕ ਹੈ ਪਰੇਸ਼ਾਨ ਹਨ ਹੁਣ ਖੁਸ਼ ਠੀਕ ਹੈ ਹੁਣ ਸ਼ੇਅਰ ਕਰੋ ਸੁਣਦੇ ਨਾਲ ਹੀ ਇਹ ਹੁੰਦੀ ਚੱਲ ਮਮਾ ਬਹਿਰਾ
ਹਕੀਮ ਸਾਹਿਬ ਕੋਲ ਗਾਲੀ ਹੋਣ ਕੋਈ ਕੱਲੇ ਦੀਆਂ ਤੇ ਉਹ ਅੰਦਰ ਕਰਦੇ ਬੈਠੇ ਨੇ ਇਹ ਦੇਖੋ ਕਿ ਮਾਮਾ ਜੀ ਬਾਹਰ ਲੁੱਕ ਲੁੱਕ ਤਾਂ ਸੁਣਦਾ ਖੜੇ ਇਹ ਪਤਾ ਨਹੀਂ ਕਿਆ ਖੜਾ ਲੁੱਕ ਲੁੱਕ ਤਾਂ ਸੁਣਦੇ ਇਹ ਦੇਖੋ ਮੈਂ ਕੋਰਾ ਸਾਡੇ ਓਹਲੀ ਸਾਈਡ ਨਹੀਂ ਪਿਆ ਆਉਂਦਾ ਮੇਰੇ ਯਾਰ ਡਾਕਟਰ ਕੋ ਬੁਖਾਰ ਹੈ ਅੱਜ ਉਹ ਗੱਡੀ ਦੇ ਵਿੱਚ ਹੀ ਸੁੱਤਾ ਪਏ ਮੈਂ ਕਿ ਮੈਂ ਗੱਡੀ ਤੋਂ ਬਹਿ ਨਹੀਂ ਆਉਂਦਾ ਕੁਰਸੀ ਖਾਲੀ ਥੀ ਚੁੱਕੀ ਟਾਈਮ ਆਪਣਾ ਦੁਬਈ ਚਾਵਣ ਗਿਆ ਉਹਦੇ ਤੇ ਇਹਨਾਂ ਦਾ ਇਲਾਜ ਜਿਹੜਾ ਹੈ ਉਹ ਕਿ ਉਹ ਕਰਨ ਗਿਆ ਉਹਦੇ ਪੱਕਾ ਕੰਮ ਕਰਨ ਗਿਆ ਅਸਾਂ ਇੱਥੋਂ ਘਰ ਮਜ਼ੀਦ ਦੀ ਦਵਾਈ ਕਹਿੰਦੇ ਵਾਪਸੀ ਅਸਾਂ ਘਰ ਕੋ ਰਵਾਨਾ ਥੀ ਸੂ ਇਹ ਬੰਦੇ ਦਾ ਤਾਂ ਜਿਹੜਾ ਹੈ ਨਾ ਕੰਮ ਥੀ ਚੁੱਕੇ ਅਤੇ ਇਹ ਬੰਦੇ ਦਾ ਹਾਲੀ ਕੰਮ ਕਰਨੇ ਦੇਖੋ ਇਹਦਾ ਕਿਵੇਂ ਥੀਂਦੇ ਹਾਲੀ ਬੈਠੇ ਤੰਦੀ ਲਿਆ ਮਰਿਆਂ ਦਾ ਮਾਮਾ ਉਹ ਪਰੇਸ਼ਾਨ ਨਹੀਂ ਵੀ ਦਵਾਈ ਸਾਰੀ ਖੇਣ ਕੀਤੀ ਹੈ ਦਵਾਈ ਖੇਣਦੇ ਇਹਨਾਂ ਦੇ ਪੂਰੇ ਮੈਂ ਨਾਲ ਚਾਹੀਓ ਤਾਂ ਡੇਗ ਗਿਨੋ ਦੇ ਸੇਠ ਸਾਕੂ ਸਾਈ ਬਹੁ ਇਹਨਾਂ ਕੋ ਬਹੁਤ ਮੇਨ ਤਰੀਕੇ ਨਾਲ ਦਵਾਈ ਗਿਨਵਾਈ ਸੀ ਇਹ ਬੰਦਾ ਹੁਣ ਬਹੁਤ ਮੇਨ ਹੁਣ ਸਾਕੂ ਡਾਢੀ ਬਾਅਦ ਇਹਨੀ ਮੈਂ ਵੱਲ ਵੀਡੀਓ ਬੜੇ ਸਾਂ ਡਾਢੀ ਬਾਅਦ ਵੱਲ ਤਾਂ ਕੋਈ ਖਬਰ ਦੇ ਸੀ ਇਹ ਬਈ ਹਕੀਮ ਸਹੀ ਹੈ ਯਾ ਕਿਵੇਂ ਹੈ ਅਗਰ ਸਹੀ ਹੋਵੇ ਤਾਂ ਵੱਲ ਤਾਂ ਕੋ ਸਾਡੇ ਸੇ ਸੂ ਦੇ ਦੂਜੀ ਵੀਡੀਓ ਵਿੱਚ ਇਹ ਵੀਡੀਓ 'ਤੇ ਸਾਨੂੰ ਦਵਾਈ ਗਿਧੀ ਬਣੇ ਹੈ ਨਾ ਅਤੇ ਇਹ ਤੁਹਾਡੇ ਦੇ ਇਹ ਹੀ ਵੇ ਸਮਝੋ ਕਿ ਹਕੀਮ ਸਾਹਿਬ ਦਾ ਪਾਰਟਨਰ ਅਗਰ ਕਹੀਂ ਦਵਾਈ ਗਿਣੀ ਹੋਵੇ ਅਸਾਂ ਤਾਂ ਕੋ ਦੱਸੇ ਸੂ ਅਗਰ ਰਿਜ਼ਲਟ ਮਿਲਦੇ ਤਾਂ ਇਹ ਬੰਦੇ ਨਾਲ ਰਾਬਤਾ ਕਰਾਏ ਇਵੇਂ ਸਮਝੋ ਖੁਦ ਹਕੀਮ ਤੁਰੇ ਕੋਈ ਪਿੱਛਾ ਗਿਲੀਂਦਾ ਵਾ ਤੇ ਪਿੱਛਾ ਪਿੱਛਾ ਗਿਲੀਂਦਾ ਗਿਲੀਂਦਾ ਆਵੇ ਅੱਜ ਅੱਜ ਸਮਝ ਡਾਢਾ ਹੀ ਹੋਏ ਅੱਜ ਬਾਈ ਹਾਂ ਉਹ ਅੱਜ ਤਾਂ ਨਾਰੇ ਮਰੇ ਸੈਂ ਨਾਰੇ ਨਾ ਮਾ ਕੇ ਤੂੰ ਵੀ ਆਂ ਦੇ ਛੋੜ ਅੱਛਾ ਹਾਂ ਉਹ ਅੱਜ ਬਾਲ ਆਵੇਂ ਨਾ ਨੇ ਨਾ ਲੱਗੇ ਦੇ ਦੇ ਸੋ ਕਿ ਅੱਜ ਪੀਆਂ ਨਾ ਸੰ ਕੋਈ ਨਹੀਂ ਹੁੰਦਾ ਓਏ ਕੋਈ ਨਹੀਂ ਆਵਾਂ ਵਾਲ ਕਹਿਣਾ ਆਸੇ ਹਾਂ ਵਾਲ ਕਹਿਣਾ ਆਸੇ ਵਾਲ ਆਵਾਂ ਤਾਂ ਦੀ ਫਰੈਸ਼ ਕੀਤੀ ਵਣੇ ਹਾਂ ਤਾਂ ਦੀ ਫਰੈਸ਼ ਕੀਤੀ ਵਣੇ 4 ਸਾਲ ਤੂੰ ਕਿਤੇ ਤਰਾ ਕੋਈ ਮਸਲਾ ਹੀ ਨਹੀਂ ਵਾਲ ਨਹੀਂ ਕਿ ਨਹੀਂ ਕੀਤੀ ਵਣੇ ਵਾਪਸ ਪਹੁੰਚਣ ਵਾਲੇ ਹਾਂ ਆਪਣੀ ਦੁਕਾਨ ਦੇ ਨੇੜੇ ਆ ਚੁੱਕੇ ਹਾਂ ਤੇ ਅਸੀਂ ਬਾਈ ਕਿੱਥੇ ਅਸਾਂ ਲਹੇ ਸੂੰ ਤੇ ਬਾਕੀ ਡਾਕਟਰ ਸਾਹਿਬ ਕੋਲ ਨੇਂਦਰੇ ਕਿਉਂਕਿ ਉਹਦੀ ਤਬੀਅਤ ਬੜਾ ਸਹੀ ਸੁੱਤਿਆ ਅਸਾਂ ਵੱਲ ਵਾਪਸ ਘਰ ਕੋ ਰਵਾਨਾ ਓਕੇ ਠੀਕ ਹੈ ਇਹ ਤੁਸੀਂ ਇੱਥੇ ਲੈਂਦੇ ਪਏ ਹਾਂ ਆਪਾਂ ਦੁਕਾਨ 'ਤੇ ਪਹੁੰਚੇ ਹਾਂ ਬਸ ਸਮੇਂ ਦੇ ਪਏ ਬਾਹਰ